गुड मॉर्निंग स्टूडेंट, अज आप अपनी पाठ पुस्तक के पाठ नंबर 6 चैप्टर नंबर 6 रीड करांगे बाबा बुड्ढा जी। ठीक है, अज के अपने पाठ का नाम है गया बाबा बुड्ढा जी। बाबा बुड्ढा जी का जन्म 1506 ईस्वी के होया। पिता जी का नाम सुग्गा जी रंधावा, माता जी का नाम गौरव। ठीक है, साढ़े पाठ के दसिया नहीं है, पर फिर भी असी अपनी जानकारी दे वास्ते कि उन्हां दा जन्म 1506 ईस्वी दे विच पिंड पिता सुग्गा जी रंधावा ते माता गौरा जी दी कुखों होया। ठीक है बेटा, तो बाबा बुड्ढा जी दा जिहड़ा जीवन सीगा, ठीक है, इहदे विच अज आपां पढ़ांगे कि किसे टाइम साडा मन जिहड़ा हैगा आ कदे कदे नैगेटिविटी वल चला जांदा आ। ठीक है, देखो माइंड साडा माइंड आ, जे असी पॉजिटिव सोचांगे तां साडे माइंड ने उसी तरह ही साड़ी जिहड़ी सोचने शक्ति आ उह बलवान कर देनी है। ठीक है, जे असी नैगेटिव सोचांगे तां उह साडे माइंड ते भी असर पैंदा, साडी बॉडी ते भी असर पैंदा आ। ठीक है, तो अज आपां देखांगे कि इस पाठ दे विच बाबा बुड्ढा जी दे नाल की होया, कि उहनां दा माइंड जिहड़ा सीगा, सोच सीगी जिहड़ी उहनां दी, क्यों एक नैगेटिव दे पासे जांदी सी, ते किद्दां उहनां दे जीवन दे विच श्री गुरु नानक देव जी ने उन्हां दे जीवन दे विच उन्हां नूं सिख्यावां दे के उन्हां दा जीवन सफल कीता। ठीक है बेटा, तो आपां चैप्टर शुरू करदे आं पढ़ना कि बूढ़े नां दा इक बालक। बूढ़े नां दा इक बालक गौआं चराउंदा फिरदा सीगा। गौआं मतलब कि गावां। बूढ़े नां दा बालक गौआं चराउंदा फिरदा सी, बणा विच सारा दिन बागियां वांग फिरदा रहिंदा। ਵਣਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਜਿਹੜੇ ਤੁਸੀਂ ਦੇਖਣਾ ਹੋਣਾ ਵੀ ਕਿਸੇ ਟਾਈਮ ਕਈ ਜਿਹੜੇ ਗੁੱਜਰ ਹੁੰਦੇ ਆ, ਠੀਕ ਹੈ, ਉਹ ਆਪਣੇ ਪਸ਼ੂਆਂ ਨੂੰ ਲੈ ਕੇ ਜਾਂਦੇ ਆ, ਠੀਕ ਹੈ, ਵੱਡੇ ਜਿਹੜੇ ਬਹੁਤ ਵੱਡੇ ਮੈਦਾਨ ਆ ਜਾਂ ਖੇਤ ਆ ਉਹਨਾਂ ਦੇ ਵਿੱਚ ਲੈ ਜਾਂਦੇ ਆ, ਤੇ ਉਹਨਾਂ ਦੇ ਪਸ਼ੂ ਚਾਰਾ ਚਰ ਲੈਂਦੇ ਆ ਸ਼ਾਮ ਤੱਕ, ਤੇ ਜਦੋਂ ਉਹ ਰੱਜ ਜਾਂਦੇ ਆ ਪਸ਼ੂ, ਤੇ ਉਹਨਾਂ ਨੂੰ ਵਾਪਸ ਜਿਹੜੇ ਹੈਗੇ ਆ ਉਹ ਆਪਣੇ ਉਸ ਟਿਕਾਣੇ ਤੇ ਲੈ ਆਉਂਦੇ ਆ। ਇਸੇ ਤਰ੍ਹਾਂ ਜਿਹੜੇ ਬੂੜੇ ਨਾਂ ਦਾ ਇੱਕ ਬਾਲਕ ਸੀਗਾ, ਉਹ ਗਊਆਂ ਚਰਾਉਂਦਾ ਹੁੰਦਾ ਸੀ, ਆਪਣੀਆਂ ਗਾਵਾਂ ਨੂੰ ਚਰਨ ਦੇ ਵਾਸਤੇ ਲੈ ਕੇ ਜਾਂਦਾ ਸੀ ਤਾਂ ਕਿ ਉਹ ਚਾਰਾ ਖਾ ਕੇ ਆਪਣਾ ਪੇਟ ਭਰ ਲੈਣ। ਬਣਾਂ ਦੇ ਵਿੱਚ, ਬਣ ਹੁੰਦੇ ਜੰਗਲ, ਸਾਰਾ ਦਿਨ ਬਾਗੀਆਂ ਵਾਂਗ ਫਿਰਦਾ ਰਹਿੰਦਾ। ਬਾਗੀ ਕੌਣ ਹੁੰਦੇ ਆ? ਵਗਦ ਨੂੰ ਚਰਾਉਣ ਵਾਲੇ, ਜਿਹੜਾ ਪਸ਼ੂਆਂ ਦਾ ਇਕੱਠ ਹੁੰਦਾ ਆ ਉਹਨਾਂ ਨੂੰ ਵਗ ਕਿਹਾ ਜਾਂਦਾ ਆ। ਤਕਾਲਾਂ ਪੈਂਦੀਆਂ ਤਾਂ ਵਗ ਨੂੰ ਹੱਕ ਕੇ ਘਰ ਲੈ ਜਾਂਦਾ। ਜਿੱਦਾਂ ਸ਼ਾਮ ਪੈਣੀ ਸ਼ੁਰੂ ਹੁੰਦੀ ਤੇ ਉਸ ਵੇਲੇ ਬੂੜੇ ਨਾਂ ਦਾ ਬਾਲਕ ਸਾਰੀਆਂ ਆਪਣੀਆਂ ਗਾਵਾਂ ਨੂੰ ਹੱਕ ਕੇ, ਮਤਲਬ ਕਿ ਆਵਾਜ਼ ਲਗਾਉਂਦਾ ਉਹਨਾਂ ਨੂੰ, ਤੇ ਵਾਪਸ ਆਪਣੇ ਉਸ ਥਾਂ ਤੇ ਲੈ ਆਉਂਦਾ। ਬੂੜਾ ਬੜਾ ਹੀ ਸੁਲਝਿਆ ਹੋਇਆ ਬਾਲਕ ਸੀਗਾ। ਸੁਲਝਿਆ ਮਤਲਬ ਕਿ ਸਿਆਣਾ ਬਾਲਕ। ਸ਼ੁਰੂ ਤੋਂ ਹੀ ਡੂੰਘੀਆਂ ਸੋਚਾਂ ਸੋਚਦਾ ਹੁੰਦਾ ਸੀਗਾ ਬਚਪਨ ਤੋਂ ਹੀ। ਇੱਕ ਦਿਨ ਗਊਆਂ ਚਰਾਉਂਦੇ ਚਰਾਉਂਦੇ ਰਾਵੀ ਨੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੂੰ ਅੰਤਰ ਧਿਆਨ ਬੈਠਿਆਂ ਵੇਖਿਆ। ਇੱਕ ਦਿਨ ਕੀ ਹੋਇਆ, ਉਹ ਗਊਆਂ ਚਰਾ ਰਿਹਾ ਸੀਗਾ ਤੇ ਉਹਨਾਂ ਨੇ ਦੇਖਿਆ ਕਿ ਰਾਵੀ ਨਦੀ ਦੇ ਕਿਨਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਤਰ ਧਿਆਨ ਬੈਠੇ ਆ, ਅੰਤਰ ਧਿਆਨ ਸਮਾਧੀ ਲਾ ਕੇ ਬੈਠੇ ਆ, ਪਰਮਾਤਮਾ ਦਾ ਸਿਮਰਨ ਕਰ ਰਹੇ ਸੀਗੇ। ਗਊਆਂ ਚਰਾਉਂਦਾ ਕੜੀ ਮੁੜੀ ਉੱਧਰ ਫੇਰਾ ਮਾਰਦਾ ਤੇ ਵੇਖਦਾ ਇੱਕ ਮਹਾਤਮਾ ਉਸੇ ਤਰ੍ਹਾਂ ਅਡੋਲ ਸਮਾਧੀ ਲਾਈ ਬੈਠੇ ਹਨ, ਚਿਹਰੇ ਉੱਤੇ ਅਨੇਕਾ ਨੂਰ ਸੀਗਾ। ਜਦੋਂ ਉਹਨੇ ਇੱਕ ਵਾਰੀ ਤੋਂ ਨੇ ਸਵੇਰੇ ਗੇੜਾ ਮਾਰਿਆ ਤਾਂ ਵੀ ਉਹ ਇੱਡੇ ਸਮਾਧੀ ਲਾ ਕੇ ਬੈਠੇ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨੂੰ ਨਾਮ ਨਹੀਂ ਸੀ ਪਤਾ, ਠੀਕ ਹੈ। ਤੇ ਦੁਬਾਰਾ ਜਦੋਂ ਉਹਨੇ ਦੁਪਹਿਰ ਦੇ ਵੇਲੇ ਦੁਬਾਰਾ ਫੇਰ ਉਹਨੇ ਫੇਰਾ ਮਾਰਿਆ ਤਾਂ ਫੇਰ ਉਹੀ ਮਹਾਤਮਾ ਉਸੇ ਤਰ੍ਹਾਂ ਅਡੋਲ ਸਮਾਧੀ ਲਾ ਕੇ ਬੈਠੇ ਸਨ। ਚਿਹਰੇ ਉੱਤੇ ਅਨੋਖਾ ਨੂਰ ਸੀਗਾ, ਚਿਹਰੇ ਤੇ ਉਹਨਾਂ ਦਾ ਰੂਪ ਜਿਹੜਾ ਸੀਗਾ ਬਹੁਤ ਹੀ ਰੋਸ਼ਨ ਸੀਗਾ ਚਿਹਰਾ ਉਹਨਾਂ ਦਾ। ਬੂੜੇ ਦੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਠੀਕ ਹੈ, ਬੂੜਾ ਮਤਲਬ ਕਿ ਬਾਬਾ ਬੁੱਢਾ ਜੀ ਦਾ ਨਾਮ ਬਚਪਨ ਦੇ ਵਿੱਚ ਬੂੜਾ ਸੀਗਾ। ਉਹਦੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਉਹਨੇ ਨੇੜੇ ਹੀ ਖੂਹ ਵਿੱਚ ਉਤਰ ਕੇ ਪਾਣੀ ਦੀ ਇੱਕ ਟਿੰਡ ਖੋਲ ਕੇ ਲਿਆਇਆ। ਬੇਟਾ ਪੁਰਾਣੇ ਸਮੇਂ ਦੇ ਵਿੱਚ ਟਿੰਡਾਂ ਵਾਲੇ ਖੂਹ ਹੁੰਦੇ ਸੀਗੇ, ਠੀਕ ਹੈ। ਅੱਜ ਕੱਲ੍ਹ ਕੀ ਹੈਗਾ ਆ, ਸਮਰਸੀਬਲ ਲੱਗੀਆਂ ਹੋਈਆਂ ਆ, ਮੋਟਰਾਂ ਵੱਡੀਆਂ ਲੱਗੀਆਂ ਹੋਈਆਂ ਆ, ਤੇ ਉਹਦੇ ਨਾਲ ਖੂਹਾਂ ਚੋਂ ਪਾਣੀ, ਜ਼ਮੀਨ ਚੋਂ ਪਾਣੀ ਕੱਢਿਆ ਜਾਂਦਾ ਆ। ਲੇਕਿਨ ਪੁਰਾਣੇ ਸਮੇਂ ਦੇ ਵਿੱਚ ਬਲਦਾਂ ਦੇ ਰਾਹੀਂ ਪਾਣੀ ਜਿਹੜਾ ਸੀ ਖੂਹਾਂ ਦੇ ਵਿੱਚੋਂ ਟਿੰਡਾਂ ਦੇ ਰਾਹੀਂ ਕੱਢਿਆ ਜਾਂਦਾ ਸੀ, ਠੀਕ ਹੈ। ਉਹ ਇੱਕ ਛੋਟੀਆਂ ਛੋਟੀਆਂ ਬਾਲਟੀਆਂ ਦੀ ਤਰ੍ਹਾਂ ਹੁੰਦੀਆਂ ਆ। ਉਹਨੇ ਕੀ ਕੀਤਾ,
ਕਿ ਉਹਨੇ ਖੂਹ ਦੀ ਜਿਹੜੀ ਪਾਣੀ ਦੀ ਇੱਕ ਟਿੰਡ ਖੋਲ ਲਈ, ਇੱਕ ਹੋਰ ਸਾਫ ਟਿੰਡ ਵਿੱਚ ਗਾਂ ਦਾ ਦੁੱਧ ਚੋ ਕੇ ਲਿਆਇਆ। ਠੀਕ ਹੈ, ਉਹਨੇ ਇੱਕ ਟਿੰਡ ਖੋਲ ਲਈ ਤੇ ਉਹਦੇ ਵਿੱਚ ਮਤਲਬ ਕਿ ਬਾਲਟੀ ਦੀ ਤਰ੍ਹਾਂ ਹੁੰਦੀ ਆ ਉਹ, ਤੇ ਉਹਨੇ ਕੀ ਕੀਤਾ, ਇੱਕ ਚ ਪਾਣੀ ਲਿਆਂਦਾ ਤੇ ਦੂਸਰੇ ਦੇ ਵਿੱਚ ਦੁੱਧ ਲੈ ਕੇ ਆਇਆ, ਗਾਂ ਦਾ ਦੁੱਧ ਚੋ ਕੇ ਲੈ ਕੇ ਆਇਆ ਤੇ ਟਿੰਡਾਂ ਨੂੰ ਗੁਰੂ ਜੀ ਦੇ ਅੱਗੇ ਰੱਖ ਕੇ ਚਰਨੀ ਢਹਿ ਗਿਆ। ਉਸ ਪਰਮਾਤਮਾ ਦੇ, ਉਸ ਗੁਰੂ ਦੇ ਅੱਗੇ, ਮਹਾਤਮਾ ਦੇ ਅੱਗੇ ਉਹਨੇ ਪਾਣੀ ਵੀ ਰੱਖਿਆ ਤੇ ਦੁੱਧ ਦਾ ਕਟੋਰਾ ਵੀ ਰੱਖਿਆ, ਜਿਹੜੀ ਉਹ ਟਿੰਡ ਖੋਲ ਕੇ ਲਿਆਇਆ ਸੀ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ। ਗੁਰੂ ਜੀ ਮੁਸਕਰਾ ਕੇ ਪੁੱਛਣ ਲੱਗੇ, ਹੇ ਬਾਲਕ ਤੈਨੂੰ ਕੀ ਚਾਹੀਦਾ ਆ, ਬੜਾ ਉਦਾਸ ਦਿਖ ਰਿਹਾ ਆ। ਤੇ ਬੂੜਾ ਕਹਿਣ ਲੱਗਾ, ਗੁਰੂ ਜੀ ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਆ, ਹਜੇ ਬਹੁਤ ਛੋਟਾ ਜਿਹਾ ਬਾਲਕ ਸੀਗਾ, ਛੋਟੀ ਉਮਰ ਦਾ ਸੀਗਾ, ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਹੈਗੀ। ਉਹ ਕਹਿੰਦੇ ਮੈਨੂੰ ਇਹੀ ਡਰ ਲੱਗਿਆ ਰਹਿੰਦਾ ਆ ਕਿ ਮੇਰੀ ਮੌਤ ਹੋ ਜਾਣੀ, ਬਹੁਤ ਛੋਟਾ ਸੀਗਾ ਹਜੇ ਉਮਰ ਦੇ ਵਿੱਚ, ਕਹਿੰਦੇ ਮੈਨੂੰ ਡਰ ਲੱਗਿਆ ਰਹਿੰਦਾ ਆ, ਮੈਂ ਤਾਂ ਉਦਾਸ ਆ, ਮੈਨੂੰ ਸਾਰਾ ਵਕਤ ਮੌਤ ਦਾ ਡਰ ਲੱਗਿਆ ਰਹਿੰਦਾ ਆ ਕਿ ਮੈਂ ਮਰ ਜਾਣਾ ਆ, ਮੈਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਹੈਗੀ। ਗੁਰੂ ਜੀ ਕਹਿਣ ਲੱਗੇ, ਤੂੰ ਤਾਂ ਅਜੇ ਬਹੁਤ ਛੋਟਾ ਜਿਹਾ ਬਾਲਕ ਆ, ਤੂੰ ਇੰਨੀਆਂ ਵੱਡੀਆਂ ਵਾਲੀਆਂ ਗੱਲਾਂ ਕਰ ਰਿਹਾ ਆ, ਤੈਨੂੰ ਕਿਸੇ ਨੇ ਇਹੋ ਜਿਹਾ ਡਰ ਪਾਇਆ ਹੋਇਆ ਆ, ਤੂੰ ਇੰਨਾ ਛੋਟਾ ਬੱਚਾ ਆ, ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ, ਤੇ ਤਾਂ ਖੇਡਣ ਦੀ ਉਮਰ ਆ ਅਜੇ, ਤੈਨੂੰ ਕਿਸੇ ਨੇ ਡਰਾਇਆ ਹੋਇਆ ਆ। ਇਹ ਸੁਣ ਕੇ ਬੂੜੇ ਨੇ ਸਾਰੀ ਗੱਲ ਸੁਣਾਈ ਤੇ ਕਹਿਣ ਲੱਗਾ, ਕਹਿੰਦੇ ਗੁਰੂ ਜੀ ਮੈਨੂੰ ਕਿਸੇ ਨੇ ਡਰਾਇਆ ਨਹੀਂ ਹੈਗਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇੱਕ ਦਿਨ ਮੇਰੀ ਮਾਂ ਅੱਗ ਬਾਲ ਰਹੀ ਸੀਗੀ, ਅੱਗ ਬਾਲ ਰਹੀ ਸੀ ਖਾਣਾ ਬਣਾਉਣ ਦੇ ਵਾਸਤੇ। ਪੁਰਾਣੇ ਸਮੇਂ ਚ ਵਿੱਚ ਕਿਹੜਾ ਗੈਸ ਸਿਲੰਡਰ ਹੁੰਦੇ ਸੀਗੇ, ਠੀਕ ਹੈ, ਜਿਹੜੀਆਂ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਆ, ਲੱਕੜਾਂ ਆ, ਉਹਨਾਂ ਨੂੰ ਇਕੱਠੇ ਕਰਕੇ ਸ਼ਾਮ ਨੂੰ ਉਹਨਾਂ ਦੇ ਨਾਲ ਖਾਣਾ ਬਣਾਇਆ ਜਾਂਦਾ ਸੀਗਾ। ਤੇ ਮੇਰੀ ਮਾਂ ਅੱਗ ਬਾਲ ਰਹੀ ਸੀ, ਪਹਿਲਾਂ ਕੀ ਕੀਤਾ, ਉਹਨੇ ਛੋਟੀਆਂ ਛੋਟੀਆਂ ਲੱਕੜੀਆਂ ਲਗਾਈਆਂ, ਠੀਕ ਹੈ, ਜਦੋਂ ਅੱਗ ਬਾਲੀ ਜਾਂਦੀ ਆ ਪਹਿਲਾਂ ਛੋਟੀ